ਉਹ ਬਹੁਤ ਥਕਾਵਟ ਹੋਈ ਦੀ ਓਏ, ਸਮਝ ਨਹੀਂ ਆਇਆ ਸਮਾਨ ਰੱਖਣਾ ਕਿੱਥੇ ਆ। ਪਹਿਲੇ ਜੀ ਮੇਰੇ ਬਾਹਰ ਗੱਡੀ ਫਸੀ ਦੀ ਆ ਨਾ, ਕਿਵੇਂ ਦੇਖੋ ਪੂਰੀ ਸਨੋ ਹੋਈ ਦੀ ਆ, ਦੇਖੋ ਕਰਤੀ ਆ ਸਾਫ। ਹੈਪੀ ਯੂਨੀਵਰਸਰੀ। ਸਨੋ ਬਹੁਤ ਆ ਜੀ, ਹੁਣ ਅਸੀਂ ਕੇਕ ਬਣਾ ਰਹੇ ਆ, ਸਾਰਾ ਟੱਬਰ ਇੱਕ ਕੇਕ ਬਣਾ ਰਿਹਾ, ਕਿਹਦਾ ਲੜ ਰਿਹਾ, ਪੈਨ ਕੇਕ ਬਣ ਗਿਆ ਐਨੀਵਰਸਰੀ ਕੇਕ। ਗੁੱਡ ਮਾਰਨਿੰਗ ਜੀ, ਨਵੇਂ ਬਲਾਗ ਤੇ ਉਹ ਬਹੁਤ ਥਕਾਵਟ ਹੋਈ ਦੀ ਓਏ, ਇਹ ਦੇਖੋ ਮੇਰਾ ਪੁੱਤਰ ਹੀ ਉਹਨੇ ਉੱਠਿਆ ਨੇ, ਉਹਨੇ ਉੱਠਿਆ ਤੂੰ, ਤੇ ਇੱਧਰ ਦੇਖੋ ਜੀ, ਅਤੇ ਸਮਝ ਲਓ ਇਹ ਨਾ ਦੇ ਬਰਾਬਰ ਹੀ ਹੈ ਜੇ ਸਫਾਈ ਕੀਤੀ, ਲੇਕਿਨ ਫਿਰ ਵੀ ਤੁਹਾਨੂੰ ਇਹ ਪੁੱਠ ਥੋੜ੍ਹਾ ਖਾਈ ਲੱਗ ਰਿਹਾ ਨਾ, ਇਹ ਮਾਰਾ ਮੇਰੀ ਹਿੰਮਤ ਹੈ, ਸਵੇਰੇ ਉੱਠ ਕੇ ਪਹਿਲਾਂ ਕੰਮ ਇਹੀ ਕੀਤਾ। ਅਤੇ ਥੈਂਕ ਯੂ ਜੀ ਸਾਰਿਆਂ ਦਾ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ, ਅਤੇ ਮੇਰੇ ਬੱਚੇ ਨੂੰ ਵੀ ਦੇਖਣਾ ਸੀ, ਮੇਰੇ ਤੈਂ ਤਾਬੂ ਤੈਨੂੰ ਸਾਰੇ ਦੇਖਦੇ ਨੇ ਹੈਨਾ, ਚਲੋ ਜੀ ਅੱਜ ਸਨੋ ਤਾਂ ਬਹੁਤ ਪੈ ਗਈ ਹੈ ਬਾਹਰ, ਹੁਣ ਆਪਾਂ ਜਾ ਕੇ ਪਹਿਲੇ ਕਲੀਅਰ ਕਰਾਂਗੇ, ਜਾਣਾ ਵੀ ਆ ਕਿਤੇ, ਅਗਰ ਰੋੜਾ ਸਾਫ਼ ਹੋਈਆਂ ਤਈਆਂ ਜਾਵਾਂਗੇ। ਅਤੇ ਇਹ ਮੈਡਮ ਹੋਰ ਸੁਣਿਆ ਤੁਹਾਡਾ ਆਇਆ ਕੁਛ ਅੱਜ? ਹੈਲੋ, ਸਤਿ ਸ਼੍ਰੀ ਅਕਾਲ, ਅੱਜ ਕੀ ਹੈ ਜਨਾਬ? ਹੈਪੀ ਐਨੀਵਰਸਰੀ ਟੂ ਯੂ। ਅੱਜ 16 ਸਾਲ ਹੋ ਗਏ ਜੀ ਲੜਦੇ ਆ, ਅੱਜ 16 ਸਾਲ ਹੋ ਗਏ ਲੜਦੇ ਆ, ਤੇ ਬੱਕਰੀ ਹੋਰ ਕਿੰਨੇ ਸਾਲ ਲੜਾਂਗੇ, ਅਭੀ ਟਾਈਮ ਹੈ ਜੀ। ਚਲੋ ਜੀ ਅੱਜ ਐਨੀਵਰਸਰੀ ਇਸ ਤਰ੍ਹਾਂ ਹੀ ਆ, ਬਸ ਇਹਦੇ 'ਚ ਮਨਾਈ ਜਾਣੀ, ਮੈਨੂੰ ਲੱਗਦਾ ਅਗਰ ਸ਼ਾਮੀ ਕਿਤੇ ਮੌਕਾ ਮਿਲਿਆ ਤਾਂ ਆਪਾਂ ਕੇਕ ਔਨਲਾਈਨ ਆਰਡਰ ਕਰਾਂਗੇ, ਨਹੀਂ ਤਾਂ ਆਪਾਂ ਫਿਲਹਾਲ ਇਹ ਐਨੀਵਰਸਰੀ ਸਾਰੇ ਡੱਬੇ ਸੰਭਾਲਦੇ ਹੀ ਹੋ ਜਾਣੀ ਹੈ, ਡਿਫਰੈਂਟ ਜਗ੍ਹਾ ਤੇ। ਹਾਂਜੀ ਬੱਚੇ ਨਹੀਂ ਸੁਣਦੇ ਜੀ, ਆਹ ਮੇਰਾ ਪੁੱਤਰ, ਕੀ ਲੈ ਕੇ ਆਇਆ ਤੂੰ? ਮੈਨੂੰ ਪਤਾ ਬੱਚੇ ਤੂੰ ਸਾਰਾ ਕੁਝ ਲੈ ਕੇ ਆਇਆ, ਤੂੰ ਸ਼ੂਗਰ ਵੀ ਇੱਥੇ ਹੀ ਆ ਮਹਾਰਾਜ, ਤੁਹਾਨੂੰ ਦੱਸਦੇ ਤੇਰੀ ਸ਼ੂਗਰ ਕਿੱਥੇ ਆ, ਆ ਜਾਓ। ਦੇਖੋ ਜੀ ਮੇਰੀ ਡਾਕਟਰ ਕਿੱਥੇ ਆ, ਇਹਨੂੰ ਗੱਲ ਲੱਗ ਗਈ ਜੀ ਖੇਡਣ ਦੀ, ਇਹ ਦੇਖੋ ਇਹ ਦੇਖੋ ਇਹ ਵਿੱਚ ਬੜੀ ਦੀ ਆ, ਬਾਹਰ ਆਈ ਆ ਖੜੀ ਹੋਈ, ਦੇਖੀ ਖੜਾ ਖੜਾ ਮੇਰਾ ਬੱਚਾ, ਇਹ ਦੇਖੋ ਜੀ ਇਹ ਦੇਖ, ਬਾਏ ਬਾਏ। ਪੁੱਤਰ ਮੇਰਾ ਉੱਠ ਗਿਆ ਜੀ, ਜ਼ਬਰਦਸਤੀ ਉਠਾਇਆ ਇਹਨੂੰ ਕਿਉਂਕਿ ਬੜਾ ਕੰਮ। ਯਾਰ ਰਿਆਂਸ਼ ਤੇਰੇ ਮੰਮ ਪਾਪਾ ਦੀ ਯੂਨੀਵਰਸਿਟੀ ਹੈ, ਫਿਰ ਕੀ ਖਿਲਾ ਰਿਹਾ, ਇਹਨੂੰ ਪਤਾ ਹੀ ਨਹੀਂ ਹੈ, ਪਤਾ ਹੈ ਤੈਨੂੰ? ਹੈ ਦੇਖੋ ਜੀ ਆਪੇ ਲੱਗੇ ਦਿਨ ਆਪਣਾ ਇਹਨਾਂ ਟੇਬਲ ਟੂਬਲ ਸੈੱਟ ਕਰ ਲਿਆ, ਇਹ ਡੱਬੇ ਕੋਲ ਸੈੱਟ ਕਰਿਆ, ਟੇਬਲ ਸੈੱਟ ਕਰ ਲਿਆ, ਤੁਸੀਂ ਦੇ ਪੁੱਤਰ, ਇਹ ਕਿਤੇ ਸਮਝ ਨਹੀਂ ਆਇਆ ਸਮਾਨ ਰੱਖਣਾ ਕਿੱਥੇ ਹੈ ਤੇ ਲਗਾਉਣਾ ਕਿਸ ਤਰ੍ਹਾਂ, ਜਦੋਂ ਡੱਬਿਆਂ ਪੈਕ ਕਰਨਾ ਬੰਦਾ ਚੁੱਕ ਚੁੱਕ ਸੜ ਦਿੰਦਾ ਇਸ ਤਰ੍ਹਾਂ ਹੀ, ਸਮਝ ਨਹੀਂ ਆ ਰਹੀ ਸਮਾਨ ਲਗਾਉਣਾ ਕਿਸ ਤਰ੍ਹਾਂ। ਇਹ ਦੇਖੋ ਜੀ ਬੱਚੇ ਨੂੰ ਗੇਮ ਲੱਭ ਗਈ ਹੈ, ਕੀ ਕਰ ਰਹੇ ਹੋਏ ਪੁੱਤਰੋ, ਤੇ ਪਾਪਾ ਦੀ ਹੈਲਪ ਨਾ ਕਰੋ, ਪਾਪਿੰਗ ਕਰੋ, ਹੈ ਕੀ ਕੀਤਾ ਤੁਸੀਂ? ਇਹ ਦੇਖੋ ਜੀ ਬੱਚੇ ਮੇਰੇ ਨੇ ਦੋਨਾਂ ਨੇ ਟੇਬਲ ਸੈੱਟ ਕਰਤਾ, ਲੇਕਿਨ ਇਹਨੂੰ ਦੇਖਿਆ ਆਸ ਪਾਸ ਸਾਰਾ ਸਮਾਨ ਪਿਆ, ਪੁੱਤਰ ਉਹ ਸਮਾਨ ਕੌਣ ਚੁੱਕੇਗਾ? ਪੇਪਰ ਅੱਛਾ ਆਪ ਨੇ ਚੁੱਕਣਾ ਹੈ, ਪਹਿਲੇ ਜੀ ਡੈਡੀ ਦੇ ਦੇਣਾ ਭਰੀ, ਡੈਡੀ ਦਾ ਪੁੱਤਰ ਪਾ ਬੋਲਿਆ ਕਰ, ਡੈਡੀ ਦਾ ਪੁੱਤਰ। ਇਹ ਦੇਖੋ ਜੀ ਪੁੱਤਰ ਮੇਰੇ ਬੱਚੇ ਬਹਿ ਗਏ ਨਾ, ਸੋਫਾ ਨਹੀਂ ਤਾਬੂ, ਉਹਦੇ ਸੋਫਾ ਕਿੱਥੇ ਗਿਆ, ਉਹਦਾ ਸੋਫਾ ਛੱਡ ਕੇ ਆ ਗਏ ਸਾਂ। ਦੇਖੋ ਜੀ ਪੂਰਾ ਸਮਾਨ ਤੈਨੂੰ ਲਗਾਇਆ, ਜਾਂ ਕੁਛ ਨਾ ਕੁਛ ਲਗਾ ਦਿੱਤਾ, ਅਤੇ ਐਨੀਵਰਸਰੀ ਗਰਲ ਕੀ ਕਰ ਰਹੀ ਹੈ, ਸਵੇਰੇ ਰਸੋਈ ਪਾੜੀ ਦੀ ਹੈ ਵਿਚਾਰੀ, ਉਹ ਨਿਕਲੀ ਨਹੀਂ ਹੈ, ਕੋਈ ਨਾਲੇ ਨਾਤੇ ਧੋਤੇ ਨਹੀਂ, ਉਹ ਅੱਜ ਕੀ ਖਾਲੀ ਰਸੋਈ ਰਸੋਈ ਸੰਭਾਲੀ ਦੀ ਹੈ। ਅੱਛਾ ਅੱਛਾ ਮੈਂ ਤਾਂ ਨਹਾਉਣਾ ਸੀ, ਮੈਂ ਹੀ ਰਹਿ ਗਿਆ। ਦੇਖੋ ਜੀ ਐਨੀਵਰਸਰੀ ਅੱਜ, ਪਿਛਲੇ ਸਾਲ ਐਨੀਵਰਸਰੀ ਅਸੀਂ ਕੀਤਾ ਸੀ ਇੰਡੀਆ, ਅਸੀਂ ਬਾਹਰ ਗਏ ਸਾਂ, ਬਾਹਰ ਇੰਜੋਏ ਕੀਤਾ ਸੀ,
ਆ ਦੇਖੀ ਮੇਰੇ ਬੱਚੇ ਨੂੰ ਪਤਾ ਨਹੀਂ ਸੀ ਐਨਵਰਸਰੀ ਆ ਮਾਪਿਓ ਦੀ। ਥੈਂਕ ਯੂ ਜੀ। ਦੇਖੋ ਪਿਛਲੇ ਵਾਰ ਜਿੰਨੇ ਮੈਡਮ ਨੇ ਸਟਾਈਲ ਮਾਰੇ ਸਨ ਨਾ, ਤੇ ਅੱਜ ਉਨੇ ਸਟਾਈਲ ਕਿਚਨ ਤੇ ਮਾਰ ਰਹੀ ਹੈ। ਚਲੋ ਜੀ, ਉਹਨਾਂ ਸਾਡੀ ਐਨਵਰਸਰੀ ਅੱਜ ਦੇ ਭਾਂਡੇ ਸਾਫ ਕਰਦੇ ਆ ਤੇ ਭਾਂਡੇ ਲਗਾਉਂਦੇ ਆ ਤੇ ਬਿਸਤਰੇ ਲਗਾਉਂਦੇ ਆ, ਇੱਦਾਂ ਹੀ ਨਿਕਲਣਾ ਹੀ ਮਿਲਣਾ ਵਾ ਅੱਜ ਦੀ ਐਨਵਰਸਰੀ ਤੇ ਬਾਅਦ ਜੀ ਤੁਹਾਨੂੰ ਮੈਂ ਦੱਸਾਂ ਸੁਣੋ ਸੁਣੋ ਬੁਰਾ ਹਾਲ ਆ। ਇੱਕ ਵਿਚਾਰਾ ਗੱਡੀ ਕੱਢ ਕਰਕੇ ਥੱਕ ਗਿਆ ਵਿਚਾਰਾ, ਨਹੀਂ ਨਿਕਲ ਰਹੀ ਜਨਾਬ। ਔਰ ਉਹ ਦੇਖੋ ਉਹ ਬਾਹਰ ਗੱਡੀ ਫਸੀ ਦੀ ਨਾ, ਇਹਨਾਂ ਨੂੰ ਹੋ ਗਿਆ ਕੋਈ ਵੈਸਾ ਅੱਧਾ ਘੰਟਾ। ਸੁਣੋ ਦੇਖੋ 25 ਸੈਂਟੀਮੀਟਰ ਕਹਿੰਦੇ ਸਨੋ ਪੈਣੀ, ਹੁਣ ਮੈਂ ਨਾਪ ਤਾਂ ਸਕਦਾ ਨਹੀਂ ਲੇਕਿਨ ਇੰਨੀ ਹੋਣੀ ਹੈ ਅਤੇ ਬਾਹਰ ਤਾਂ ਅਸੀਂ ਜਾ ਨਹੀਂ ਸਕਦੇ। ਅਤੇ ਮੈਂ ਕਿਹਾ ਚਲੋ ਐਨਵਰਸਰੀ ਫਿਰ ਅੱਜ ਘਰ ਹੀ ਮਨਾਈਏ। ਮੈਂ ਕਿਹਾ ਚਲੋ ਜੀ ਹੁਣ ਸਨੋ ਥੋੜ੍ਹੀ ਬੰਦ ਹੋਈ ਹੈ, ਗੱਡੀ ਤੂੰ ਸਨੋ ਉਤਾਰ ਲਈ ਹੈ, ਨਹੀਂ ਤਾਂ ਜੰਮ ਜਾਣੀ ਉੱਪਰ ਹੀ ਆ। ਅਤੇ ਜੇ ਐਮਰਜੈਂਸੀ ਕਿਤੇ ਜਾਣਾ ਪਏ ਤਾਂ ਬੰਦਾ ਸਨੋ ਥੋੜ੍ਹੀ ਸਾਫ਼ ਕਰਦਾ ਰਹੇਗਾ ਉਸ ਟਾਈਮ, ਸਨੋ ਸਾਫ਼ ਕਰਦੇ 15-20 ਮਿੰਟ ਲੱਗ ਜਾਂਦੇ ਨੇ, ਜ਼ਿਆਦਾ ਟਾਈਮ ਲੱਗ ਜਾਂਦਾ। ਮੈਂ ਕਿਹਾ ਚਲੋ ਦੇਖੀਏ। ਇਹ ਦੇਖੋ ਜੀ ਇਹ ਗੱਡੀ ਖੜੀ ਹੈ ਮੇਰੀ, ਡਿੱਕੀ ਹੁਣੇ ਖੋਲ੍ਹੀ ਆ ਮੈਂ, ਦੇਖੋ ਪੂਰੀ ਸਨੋ ਹੋਈ ਦੀ ਆ। ਦੇਖੋ ਇਹ ਸਾਰੀ ਗੱਡੀਆਂ ਹਾਲ ਦੇਖਿਓ, ਇਹ ਦੇਖੋ ਬੂਟੇ। ਸਾਹਿਬ ਕਰੀਏ ਤਿਆਰੀ, ਫਿਰ ਕਰੀਏ ਸਾਹਿਬ। ਚਲੋ ਬੱਚਾ ਆਓ ਜੀ। ਵੱਡੀ ਠੰਡ ਸੀ ਜੀ, ਸਾਫ਼ ਕਰਦੇ ਕਰਦੇ ਇੱਕ ਹੱਥ ਮੈਂ ਜੇਬ 'ਚ ਰੱਖਿਆ ਸੀ ਕਿਉਂਕਿ ਗਲਵਜ਼ ਲਿਆਉਣਾ ਭੁੱਲ ਗਿਆ ਸਾਂ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਆਸੇ ਆਸੇ ਜਿੰਨਾ ਕਰਦੇ ਹਾਂ, ਜ਼ਿਆਦਾ ਠੰਡ ਲੱਗੀ ਤਾਂ ਜਾਵਾਂਗੇ ਜੀ ਅੰਦਰ, ਉੜ ਕੇ ਕਰਨਾ ਹੈ। ਦੇਖੋ ਨੱਕ 'ਤੇ ਵੀ ਠੰਡ ਹੋ ਗਈ ਸੀ, ਔਰ ਨੱਕ ਜਿਹਾ ਠਰ ਗਿਆ ਸੀ ਮੇਰਾ ਕਿ ਮੈਂ ਕਿਹਾ ਚਲੋ। ਫਰੰਟ ਸ਼ੀਸ਼ੇ 'ਤੇ ਬੜੀ ਹੈਵੀ ਸਨੋ ਸੀ ਮਹਾਰਾਜ, ਇਹ ਤਾਂ ਕੱਢਦਾ ਮੇਰਾ ਲੱਕ ਦੌਰਾ ਹੋ ਗਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਫਿਰ ਵੀ ਕਰ ਲਵਾਂਗੇ। ਥੋੜ੍ਹੀ ਸਾਫ਼ ਕੀਤੀ ਹੈ ਮਹਾਰਾਜ, ਲੇਕਿਨ ਮੈਂ ਅੰਦਰੋਂ ਨਾ ਗਲਵਜ਼ ਲੈ ਗਿਆ, ਗਲਵਜ਼ ਬਿਨਾਂ ਕੰਮ ਨਹੀਂ ਚੱਲਦਾ। ਮੈਂ ਦੇਖੋ ਗਲਵਜ਼ ਲਾਏ, ਦੇਖੋ ਠੰਡ ਬੜੀ ਹੈ ਓਏ ਬੱਚਾ, ਪੱਟੀ ਅੰਦਰ ਹੀ ਖੜਾ, ਮੈਂ ਦਿੰਦੇ ਖੜੇ ਹੋ, ਬਸ ਥੋੜ੍ਹੀ ਰਹਿ ਗਈ ਹੈ। ਆਇਸ ਬਣ ਜਾਂਦੀ ਹੈ ਨਾ ਜੀਆਂ, ਦੇਖੋ ਇਹ ਆਇਸ ਬਣੀ ਦੀ ਹੈ, ਇਹੀ ਕੰਮ ਖਰਾਬ ਕਰਦੀ ਬਾਦੀ, ਬਸ ਹੈ ਕਿ ਮੈਂ ਜਲਦੀ ਜਲਦੀ ਇਹ ਸਾਫ਼ ਕਰ ਲਈ ਬਾਈ, ਆਇਸ ਨਾ ਬਣੇ ਬਸ। ਖੁੱਲ੍ਹਾ ਮਾਰਾ ਮੁੱਛਾਂ, ਦੇਖੋ ਪਿੱਛੇ ਗੱਡੀ ਦੇਖੋ ਕਰਤੀ ਆ ਸਾਫ਼। ਮੈਂ ਕਿਹਾ ਗੱਡੀ ਦੇ ਆਇਸ ਨਾ ਜੰਮੇ ਕਰਤੀ ਆ, ਹੁਣ ਜੇ ਮੇਰੀ ਮੁੱਛਾਂ ਆਇਸ ਜੰਮੀ ਦੀ ਨਾ ਅੰਦਰ ਜਾਵਾਂ ਤਾਂ ਠੀਕ ਹੋਣੀ ਹੈ। ਚਲੋ ਜੀ ਕਲਗੀਰ ਨੇ ਸਵਾਗਤ ਕੀਤਾ ਹਮਾਰਾ ਸੋ ਕੇ ਸਾਥ, ਬੱਚਾ ਪਾਟੀ ਅੰਦਰ ਹੈ, ਹੁਣ ਕਾਲ ਕਰਨੀ ਪੈਣੀ, ਚਾਹ ਭੁੱਲ ਗਿਆ ਮੈਂ, ਹੁਣ ਕਾਲ ਕਰਾਂਗਾ ਤੇ ਆਵਾਂਗੇ। ਮੈਡਮ ਜੀ ਹੈਪੀ ਯੂਨੀਵਰਸਰੀ, ਠੰਡ ਮੈਂ ਬਣਾਓ ਜਾ ਕੇ ਯੂਨੀਵਰਸਰੀ ਬਾਹਰ, ਮੈਂ ਅੱਜ ਸਾਨੂੰ ਸੁਣੋ ਤਾਂ ਕੀ ਕੱਟਣਾ ਪੈਣਾ, ਅੱਜ ਤਾਂ ਮਜ਼ਾਕ ਹੋ ਗਿਆ। ਹਾਂ ਕੱਲ੍ਹ ਤੋਂ ਜਾ ਇੱਥੇ ਹੀ ਹਨ, ਇਹ ਗੱਲ ਦੇਖੀ ਮਹਾਰਾਜ ਸਾਨੂੰ ਇੱਥੇ ਫਿਲਹਾਲ ਕੱਲ੍ਹ ਸ਼ਾਮੀ ਆਇਆ ਸਾਂ, ਸਾਨੂੰ ਕੋਈ ਗੋਰਾ ਨਹੀਂ ਮਿਲਿਆ, ਕੋਈ ਗੋਰਾ ਨਹੀਂ, ਸਿਰਫ ਗੁਜਰਾਤੀ ਅਤੇ ਪੰਜਾਬੀ ਮਾਰਕੀਟ ਗਏ ਹਾਂ, ਉਹ ਸਾਰੀ ਮਾਰਕੀਟ ਸਾਂਝਾ ਚੁੱਲ੍ਹਾ ਕਿਹੜਾ ਸੀ ਅੰਮ੍ਰਿਤਸਰੀ ਕੁਲਚਾ, ਮਤਲਬ ਕਿ ਸਭ ਪੰਜਾਬੀ ਸਟੋਰ ਆ ਉੱਥੇ, ਮੈਨੂੰ ਗੋਰਾ ਕੋਈ ਨਹੀਂ ਮਿਲਿਆ, ਅਸੀਂ ਲੱਗਦਾ ਅੰਮ੍ਰਿਤਸਰ ਆ ਗਿਆ। ਚਲੋ ਜੀ ਸਾਡੇ ਵਾਸਤੇ ਨਵੀਂ ਗੱਲ ਆ, ਅਸੀਂ ਉੱਥੇ ਤਾਂ ਘੱਟ ਦੇਖਦੇ ਸਾਂ, ਅਤੇ ਬਸ ਜੀ ਹੁਣ ਸਮਝ ਨਹੀਂ ਆਉਂਦੀ ਯੂਨੀਵਰਸਿਟੀ ਕਿਵੇਂ ਬਣਾਈ ਜਾਵੇ। ਹਾਂ ਸਨੋ ਫਿਰ ਅੰਦਰ ਮੈਨੂੰ ਲੱਗਦਾ ਹੁਣ ਅੱਜ ਕਿਆ ਕਾਟੇ, ਸਮੋਸਾ ਕਾਟੇ ਯੂਨੀਵਰਸਿਟੀ ਮੈਂ, ਚਲੋ ਦੇਖਦੇ ਹਾਂ ਫਿਰ ਕਿਆ ਕਰਦੇ ਹਾਂ, ਖਾਲੀ ਬਾਤਾਂ ਹੋਤੀ ਹੈ, ਬੇਕ ਵੀ ਹੋਤਾ ਹੈ, ਹਮ ਔਨਲਾਈਨ ਮੰਗਾਤੇ ਹੈ, ਔਨਲਾਈਨ ਮੰਗਾਏ ਕੇਕ, ਉਬਰ ਮੈਂ ਮੰਗਾਈਗੇ ਨਾ, ਉਬਰ ਈਟ ਮੇ ਜਾਂ ਡੋਰ ਡੈਸ਼ ਮੰਗਾ ਦਿੱਤੇ ਯਾਰ, ਵੋ ਤਾਂ ਹੁਣ ਕੀ ਪਰੇਸ਼ਾਨੀ ਹੈ, ਹਮ ਆਰਡਰ ਦੇਂਗੇ, ਉਹ ਐਕਸੈਪਟ ਕਰੇਂਗੇ, ਤਾਂ ਉਨਕਾ ਮਤਲਬ ਉਹਨਾਂ ਨੂੰ ਆਉਣਾ ਹੋਗਾ, ਵਹੀ ਕਰਤੇ ਹੈ, ਵਹੀ ਕਰਤੇ ਹੈ, ਵਹੀ ਕਰਤੇ ਹੈ, ਵਹੀ ਕਰਤੇ ਹੈ।
ਸ਼ਾਮ ਹੋ ਗਈ ਹੈ ਜੀ ਸਾਡੇ, ਸਨੋ ਬਹੁਤ ਆ ਜੀ, ਤੇ ਇਸ ਕਰਕੇ ਇੱਕ ਮਿੰਟ, ਹਾਂ ਜੀ ਹੁਣ ਅਸੀਂ ਕੇਕ ਬਣਾ ਰਹੇ ਹਾਂ, ਕੇਕ ਦੇ ਸਮਾਨ ਦੇ ਬਿਨਾ ਐਨੀਵਰਸਰੀ ਆ, ਹੁਣ ਕੀ ਕਰੀਏ, ਬਾਹਰੋਂ ਡਿਲੀਵਰੀ ਦੇਖ ਰਹੇ ਹਾਂ, ਇੱਥੇ ਸਾਰਾ ਕੁਝ ਬੰਦ ਆ, ਹਾਂਜੀ ਆ ਤੇ ਹੁਣ ਮੈਡਮ ਹੋਰ ਬਣਾ ਰਹੇ ਨੇ ਕੇਕ, ਤੇ ਕੇਕ ਕੀ ਚੀਜ਼ ਨੀ ਜਿਹੜਾ ਕੇਕ ਬਣਦਾ, ਵਨੀਲਾ ਕੀ ਹੁੰਦਾ, ਵਨੀਲਾ ਐਸੈਂਸ ਹੈ ਨੀ, ਕੋਈ ਗੱਲ ਨੀ, ਸਾਨੂੰ ਕੀ ਲੋੜ ਹੈ, ਮਿੱਠਾ ਪਾਓ ਤੇ ਆਪਾਂ ਖਾ ਲਾਂਗੇ, ਹਾਂਜੀ ਆਈਸਿੰਗ ਚਲੋ ਜੋ ਵੀ ਹੈ, ਤੇ ਮੈਂ ਕਿਹਾ ਹੁਣ ਐਨੀਵਰਸਰੀ ਕੇਕ ਤੇ ਕੱਟਣਾ ਹੀ ਹੈ, ਤੇ ਮੈਂ ਕਿਹਾ ਚਲੋ ਭਾਈ ਹੁਣ ਕੀ ਕਰੀਏ, ਇੱਥੇ ਪੇਸ ਹੁੰਦਾ ਮੈਡਮ ਹੋਰ ਆਖਦੇ ਗੁਲਾਬ ਜਾਮੁਨ, ਉਹ ਕੱਟ ਲਓ, ਮੈਂ ਕਿਹਾ ਤੁਸੀਂ ਐਵੇਂ ਖਾ ਲਾਂਗੇ ਨਾ ਤੁਸੀਂ, ਕੀ ਮੰਮਾ ਕਹਿੰਦੀ ਗੁਲਾਬ ਜਾਮੁਨ ਕੇਕ ਬਣਾਓ ਅੱਜ, ਚਲੋ ਮੈਡਮ ਜੀ ਚਲੋ ਅਸੀਂ ਸਾਰੇ ਮਿਲਦੇ ਹਾਂ, ਟਰਾਈ ਕਰਦੇ ਹਾਂ, ਦੇਖੋ ਕੀ ਬੰਦਾ, ਉਹ ਸਿਰਫ ਬੇਸ ਹੀ ਹੋਣੀ ਹੈ ਉਹਨੂੰ, ਉਸਨੂੰ ਕੱਟ ਕੇ ਅੱਜ ਅਸੀਂ ਐਨੀਵਰਸਰੀ ਬਣਾਵਾਂਗੇ, ਲਾਸਟ ਐਨੀਵਰਸਰੀ ਅਸੀਂ ਕੇਕ ਬਣਾਇਆ ਸੀ, ਕਿੰਨਾ ਸੀ ਉਹ 3 ਮੰਜ਼ਲੀ ਸੀ, ਇਹ ਹੁਣ 1 ਮੰਜ਼ਲੀ ਵੀ ਨਹੀਂ ਹੈ, ਸਾਨੂੰ ਅੰਡਰਗਰਾਊਂਡ ਹੋਵੇਗਾ, ਚਲੋ ਜੀ ਆਪਾਂ ਹੁਣ ਕੀ ਕਰੀਏ, ਨਵੇਂ ਸ਼ਹਿਰ ਆਏ ਹਾਂ, ਨਵੀਂ ਸਿਟੀ, ਤੇ ਹੁਣ ਬਾਹਰ ਸਨੋ ਇੰਨੀ ਹੈ, ਕਿਤੇ ਜਾ ਨਹੀਂ ਸਕਦੇ, ਨਹੀਂ ਤਾਂ ਕੋਈ ਬਾਹਰ ਹੀ ਖਾਣ ਚੱਲ ਜਾਂਦੇ, ਰੋਡਾਂ ਬਹੁਤ ਸਲਿਪਰੀ ਹਨ, ਸਾਡਾ ਮਕੈਨਿਕ ਆਇਆ ਜੀ ਸਵੇਰੇ, ਉਹ ਲਗਾਉਣ ਵਾਸਤੇ ਵਾਈਫਾਈ, ਉਹ ਵਿਚਾਰਾ ਟਰੱਕ ਹੀ ਫਸ ਗਿਆ, ਉਹ ਆਇਆ ਲਾ ਲੂ ਕੇ ਗਿਆ, ਤਾਂ ਪਤਾ ਨਹੀਂ ਉਹਦਾ ਵੀ ਕੀ ਬਣਿਆ ਹੋਣਾ, ਤੇ ਇਸ ਕਰਕੇ ਉਹਨੇ ਕਿਹਾ ਡਿਲੀਵਰੀ ਕੀ ਆਰਡਰ ਕਰੀਏ ਕੇਕ ਦਾ, ਆਪਾਂ ਘਰ ਹੀ ਟਰਾਈ ਕਰਦੇ ਹਾਂ ਤਾਂ ਉਹ ਵਧੀਆ ਬਣ ਜਾਣਾ, ਠੀਕ ਹੈ ਜੀ, ਟੀਮ ਹੋ ਗਈ ਸਟਾਰ ਦੇ, ਆਪਾਂ ਵੀ ਜਾ ਕੇ ਮਦਦ ਕਰਦੇ ਹਾਂ ਜੀ, ਸਾਰਾ ਟੱਬਰ ਇੱਕ ਕੇਕ ਬਣਾ ਜਾਏਗਾ, ਕਿੰਨਾ ਲੜ ਰਿਹਾ, ਬਸ ਰਿਆਸ਼ ਜਾਂ ਸ਼ੂਗਰ ਨਹੀਂ ਪਾਣੀ, ਪਹਿਲੀ ਵਾਰ ਅੰਡੇ ਸ਼ੂਗਰ ਪੈ ਰਹੀ ਜੀ ਮੇਰੇ ਸਾਹਮਣੇ, ਕੇਕ ਇਸ ਤਰ੍ਹਾਂ ਹੀ ਬੰਦਾ ਚੱਲੋ, ਲੇਕਿਨ ਆਪਾਂ ਕਦੇ ਨਹੀਂ ਬਣਾਇਆ, ਇਹ ਮੇਰਾ ਪੁੱਤ ਦੇਖੋ, ਇਹ ਤੂੰ ਸ਼ੂਗਰ ਜ਼ਿਆਦਾ ਖਾਂਦਾ, ਮਿਕਸਿੰਗ ਹੋ ਰਹੀ ਹੈ ਜੀ, ਇਹ ਦੇਖੋ ਜੀ ਅੰਡੇ ਦੀ ਮਿਕਸਿੰਗ ਹੋ ਰਹੀ ਹੈ, ਜਿਹੜਾ ਬਚਾਰਾ ਅੰਡਾ ਭਾਈ, ਜਿਹੜਾ ਅੰਡਾ ਨਹੀਂ ਖਾਂਦਾ ਉਹ ਥੋੜ੍ਹਾ ਅਵਾਇਡ ਕਰ ਲਓ ਇਹ ਸੀਨ 'ਚ, ਕੀ ਕਰੀਏ ਹੁਣ, ਉਸ ਤੋਂ ਬਾਅਦ ਕੀ ਪੈਣਾ ਕੁੱਕ ਸਾਹਿਬ, ਬਾਕੀ ਰੋਟੀ ਵਧੀਆ ਬਣਦੀ ਹੈ, ਇਹ ਜੇ ਮਾਮਲੇ ਅਸੀਂ ਨਾ ਯੂਟਿਊਬ ਸ਼ੈਫ ਹਾਂ ਸਾਰੇ, ਹਾਂਜੀ ਪਤਾ ਨੀ ਕੀ ਬਣਾਈ ਤੇਰੀ ਮਾਂ, ਪਤਾ ਜੋ ਵੀ ਹੈ, ਮਿਲਕ ਆਏਗਾ ਜੀ, ਕਿਆ ਡਾਲੇਂਗੇ, ਆਲ ਪਰਪਸ ਮੈਦਾ, ਮੈਦਾ ਬੋਲਦੇ ਆਲ ਪਰਪਸ ਫਲਾਵਰ ਜੀ, ਜਿਸ ਤਰ੍ਹਾਂ ਅਸੀਂ ਪੀਜ਼ਾ ਪੂਜ਼ਾ ਬਣਾਉਂਦੇ ਹਾਂ, ਤੇ ਇਹ ਦੇਖੋ, ਇਹ ਦੇਖੋ ਬੱਚੇ ਆ ਦੇਖੋ, ਉਹਨੇ ਤੇਲ ਮੰਗਿਆ ਤੇ ਦੋ ਕੈਨੀਆਂ, ਦੋ ਕੈਨੀ ਤੇਲ ਥੋੜੀ ਪਾਣਾ ਹੈ, ਇੱਕ ਬੱਚੇ ਇੱਕ ਇੱਕ ਮੇਰੇ ਪੁੱਤਰੋ, ਉਹ ਇੱਕ ਕੈਨੀ ਬੰਦ ਬੰਦ ਹੈ, ਉਹ ਨਾ ਪਾਣੀ, ਇਹ ਔਖਾ ਹੀ ਹੈ ਬਾਈ, ਔਖਾ ਹੀ ਹੈ, ਉਹ ਇਸ ਜੰਗਾ ਮੈਲਾ ਬਾਹਰੋਂ ਮੰਗਾ ਲਈ ਉਹ ਠੀਕ ਰਹੇਗਾ, ਆਖਿਰਕਾਰ ਜੀ ਸਾਡਾ ਕੇਕ ਸਾਹਿਬ ਬਣ ਗਏ, ਬਣਾਇਆ ਕੇਕ ਸੀ ਕੇ ਬਣੇ ਪੈਨ ਕੇਕ ਬਣ ਗਿਆ, ਕੋਈ ਗੱਲ ਨੀ ਬੱਚੇ, ਹੁਣ ਘਰ ਬਣਾਇਆ ਜੀ, ਹੁਣ ਉਹ ਬੇਕਿੰਗ ਸੋਡਾ ਬੇਕਿੰਗ ਪਾਊਡਰ ਹੈ ਨੀ ਸੀ, ਉਹਨਾਂ ਨੇ ਫੁੱਲਾਂ ਕਿੱਥੋਂ ਜਾਣੇ, ਲੇਕਿਨ ਜਿਹੜਾ ਪਿਆਰ ਨਾਲ ਬਣਾਇਆ ਗਿਆ ਤੇ ਪਿਆਰ ਨਾਲ ਕੱਟਾਂਗੇ ਤੇ ਪਿਆਰ ਨਾਲ ਖਾਂਗੇ, ਹੈ ਜੀ, ਇਹ ਦੇਖੋ ਜੀ ਸਾਡਾ ਐਨੀਵਰਸਰੀ ਕੇਕ, ਵਿਦਆਊਟ ਮੈਂਸ਼ਨਿੰਗ ਐਨੀਥਿੰਗ ਹੈਪੀ ਐਨੀਵਰਸਰੀ ਐਨੀਥਿੰਗ, ਵਿਦਆਊਟ ਕੇ ਹੈ ਉੱਪਰ, ਕੇ ਨਹੀਂ ਪੈਦੀ ਆਈਸਿੰਗ, ਹੋਰ ਕੇ ਨਹੀਂ ਪੈਦਾ, ਇਹ ਮੇਰੀ ਟੋਪਿੰਗ ਨਹੀਂ ਹੈ ਕੋਈ, ਹੈ ਹੈਪੀ ਐਨੀਵਰਸਰੀ ਕੁਛ ਲਿਖੇ ਦਾ, ਕੋਈ ਗੱਲ ਨੀ ਬੱਚੇ ਆਪਾਂ ਇੱਦਾਂ ਹੀ ਕਰਦੇ ਹਾਂ, ਆਓ ਜੀ
अब हम एनिवर्सरी केक काटे बच्चों के साथ। आजो जी अपन एनिवर्सरी केक कटी आओ जी एनिवर्सरी वाले मैडम चलो मालकिन जी चलो हैप्पी एनिवर्सरी टू योर फादर एंड मदर। ओ चलो छोड़ो जिना कट गया है उन्ना खाइए। हेलो जी हैप्पी एनिवर्सरी जी आप हमें भी खिला दो ये छुरी बच्ची के पेट से दूर रखो। चलो बच्चा बाटी तू छुरी जमी है बाबू अलाउ ना बच्चे आप भी खाओ ना यार मैंने बनाया तो मम्मा ने बनाया आप भी खाओ। गुड है अमर बच्चा मैं देखो जी नवी जगह आया फिर नर्सरी इस तरह ही बनाई जाती है। गुड थैंक यू गाइस थैंक यू थैंक यू थैंक यू थैंक यू जी सारे नू ज्वाइन माई डॉटर चैनल मेंबरशिप थैंक यू जी सारे का सारी यूनिवर्सिटी सारे नाल रहने से आज अभी कुछ नहीं किया बस जो भी किया बस यूनिवर्सिटी इस तरह ही मनाई है कोई ज्यादा शूशा नहीं किया क्योंकि बाहर शूशा करने का मौका नहीं मिला सुनने सू बाहर जान नहीं दिता ठीक है जी सब छोटा छोटा टाइम स्पेंड कर लिया गुड वाला चलो हां जी लाइक एंड सब्सक्राइब ओके सब्सक्राइब माय चैनल बाय Bye. Bye. Thank you. Okay, bye, ji. Bye. Again, last bye from me and my family. Thank you, ji. Bye. Happy anniversary. Comment box is rule likhiyo sanu. Sadi sanu 16 saal ho gaye na ladde. Chal chal vlog. Te hor kinna ladna ho sanu eh nahi pata. Thank you. Te jarur comment te happy anniversary jarur likhiyo ji. Oh, kan ji. Blessings. Join our membership. मेरा बच्चा ओके जी सारे कर दो बाय।